ਦੇਖੋ ਵੋਟਾਂ ਤੋਂ ਪਹਿਲਾਂ ਜਿਹੜੇ ਮੇਰੇ ਮਿੱਤਰ ਸੀ ਮੈਂ ਜ਼ਰੂਰ ਕਹਿਣ, ਉਹ ਕਾਂਗਰਸੀ ਵੀ ਸੀ, ਉਹ ਆਪ ਵਾਲੇ ਵੀ ਸੀ, ਉਹਨਾਂ 'ਚ ਅਕਾਲੀ ਵੀ ਸੀ, ਜਿਹੜੇ ਮੇਰੇ ਪਰਸਨਲ ਸੱਜਣੇ। ਪਰ ਜਿੱਤਣ ਤੋਂ ਬਾਅਦ ਪਤਾ ਨਹੀਂ ਕਿਉਂ ਮੇਤੇ ਜਾ ਨਹੀਂ ਹੁੰਦਾ। ਸਾਡੀ ਇੱਕ ਮੋਟਰ ਦਾ ਕਨੈਕਸ਼ਨ ਸੀ, ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜੀ। 90 ਦਾ ਅਪਲਾਈ ਸੀ, 88 ਤੋਂ ਵੀ ਸ਼ਾਇਦ ਪਹਿਲਾਂ ਦਾ, 90-92 'ਚ ਨਿਕਲਣੀ ਸੀ ਮੋਟਰ। ਤਾਂ ਮੇਰੇ ਪਿਤਾ ਜੀ ਜਿਉਂਦੇ ਸੀ ਤਾਂ ਸਾਡੇ ਪਿੰਡ ਵਾਲਿਆਂ ਨੇ ਮੇਰਾ ਨਾਮ ਲੈ ਕੇ ਮੋਟਰਾਂ ਲਵਾ ਲਈਆਂ SC ਤੋਂ, ਬਈ ਉਹਨਾਂ ਦੇ ਅਸੀਂ ਘਰਾਂ 'ਚੋਂ। ਤਾਂ ਮੇਰੇ ਬਜ਼ੁਰਗਾਂ ਦਾ ਮੈਨੂੰ ਫੋਨ ਆਇਆ, ਉਹ ਕਹਿੰਦੇ ਵੀ ਤੇਰੇ ਨਾਂ 'ਤੇ ਮੋਟਰ ਲਵਾ ਜਾਣਾ, ਆਪਣੀ ਤਾਂ ਲਵਾ ਲੈ। ਮੈਂ ਕਿਹਾ ਜੀ ਪੈਸੇ ਦੇ ਕੇ ਲਵਾ ਲਓ, ਮੈਂ ਫੋਨ ਨਹੀਂ ਕਰਨਾ। ਸੋ ਮੈਂ ਤਾਂ ਨਹੀਂ ਜਾ ਰਹੀ ਉਹਦਾ, ਸ਼ਾਇਦ ਜਾਵਾਂ ਹੋਣਾ। ਸੋ ਮੈਂ ਮੀਡੀਆ ਨੂੰ ਕਹਿੰਦਾ ਤੁਸੀਂ ਪੁੱਛਿਆ ਕਰੋ ਸਵਾਲ, ਦੇਖਿਓ ਬਥੇਰੇ, ਅਤੇ ਤੁਹਾਡੇ ਕਿਹਾ ਛੇਤੀ ਹੋ ਜਾਣਾ ਕੰਮ। ਮੈਂ ਜਾਊਂਗਾ ਫਿਰ ਅਗਲੇ ਨੇ ਅੱਗੋਂ ਕੀ ਰਿਸਪੋਂਸ ਦੇਣਾ ਇਹ ਨਹੀਂ ਪਤਾ। ਸੋ ਮੈਨੂੰ ਲੱਗਦੀ ਹੈ ਤੁਹਾਡੇ ਆਖਿਆ ਛੇਤੀ ਹੋਣਗੇ, ਕਿਉਂਕਿ ਤੁਸੀਂ ਹੁਣ ਰੌਲਾ ਪਾਉਣੇ ਜ਼ਿਆਦਾ ਨਾ, ਸੱਭਿਆਚਾਰ ਨੂੰ ਖੰਘ ਹੋ ਗਈ, ਅਤੇ ਸਾਨੂੰ ਤਾਂ ਠੀਕ ਲੱਗਦਾ। ਸਤਿ ਸ਼੍ਰੀ ਅਕਾਲ ਬਾਈ ਜੀ, ਥੈਂਕ ਯੂ। ਹਾਂਜੀ ਬਾਬਾ ਜੀ, ਤੁਹਾਡੇ ਡੇਰੇ ਵਾਲਿਆਂ ਨਾਲ ਬਹੁਤ ਪ੍ਰੇਮ ਰਿਹਾ, ਜਿਹੜੇ ਜੋ ਕੁਛ ਗੁਣ ਹੋਇਆ ਡੇਰੇ ਵਾਲਿਆਂ ਦਾ, ਕੋਈ ਇਹਦੇ 'ਤੇ ਕਮੈਂਟ ਕਰਨਾ ਚਾਹੋਗੇ? ਸਿਆਸੀ ਬੰਦਾ ਹੈ ਜੀ ਮੈਂ, ਪਹਿਲਾਂ ਵੀ ਗਾਇਆ ਸੀ ਮੈਂ ਤਾਂ। ਦੇਖੋ ਜਦੋਂ ਵੀ ਗਾਇਆ ਤਾਂ ਬਾਬੇ ਦੀ ਕਿਰਪਾ ਨਾਲ ਮੂੰਹ ਹੈ ਤਾਂ ਚੱਕ ਕੇ ਗਾਇਆ, ਇੱਦਾਂ ਕੋਈ ਡਰ ਭਾਵਨਾ ਨਹੀਂ ਹੈ। ਅਤੇ ਪਹਿਲੀ ਵਾਰੀ ਸ਼ਾਇਦ ਨਹੀਂ ਕਿਹਾ ਸੀ ਕਿ ਡੈਡੀ ਕਰੂਜ਼ ਵਿੱਚ ਘੁੰਮਦੇ ਨੇ ਚੋਰ, ਸੋ ਮੈਂ ਤਾਂ ਕਿਹਾ ਸੀ, ਪਰ ਮੇਰੇ ਆਖਿਆ ਸ਼ਾਇਦ ਉਦੋਂ ਅਕਲ ਨਹੀਂ ਆਈ। ਹੌਲੀ ਹੌਲੀ ਇਹਨਾਂ ਹੌਲੀ ਦੇ ਸਵਾਲ ਦਾ ਲੇਟ ਪਤਾ ਲੱਗਦਾ। ਮੇਰੇ ਗੀਤ ਮੈਂ ਅਕਸਰ ਕਹਿੰਦਾ ਹੁੰਦਾ, ਮੇਰੇ ਗੀਤ ਹੋਮਿਓਪੈਥੀ ਵਰਗੇ ਨੇ, ਵਕਤ ਤਾਂ ਲੱਗਦਾ, ਅਸਰ ਸਿਰੇ ਦਾ ਕਰਦੇ ਨੇ। ਸੋ ਟਾਈਮ ਲੱਗਦਾ, ਬਾਕੀ ਜਿਹਨਾਂ 'ਚ ਜ਼ਹਿਰੀਆ ਤੌਰ 'ਤੇ ਜਿਹੜੀ ਅਨਪੜ੍ਹਤਾ ਨਹੀਂ ਜਾਂਦੀ, ਉਹਨਾਂ 'ਚ ਇੱਦਾਂ ਦੀਆਂ ਚੀਜ਼ਾਂ ਵਾਪਰਦੀਆਂ ਨੇ ਸਮਾਜ 'ਚ। ਤੋ ਮੈਨੂੰ ਲੱਗਦਾ ਆਪਾਂ ਨੂੰ ਜ਼ਹਿਰੀਆ ਤੌਰ 'ਤੇ ਜਾਗਰੂਕ ਹੋਣਾ ਪਊਗਾ। ਪੰਜਾਬੀ ਪੰਜਾਬ 'ਚ 2.5 ਕਰੋੜ ਰਹੇਗੀ, 10 ਕਰੋੜ ਬਾਰਡਰ ਪਾਰ ਹੈਗੇ, ਪਹਿਲਾਂ ਧਰਮ ਅਤੇ ਜ਼ਾਤ ਨੇ ਵੱਟ ਦਿੱਤਾ ਆਪਾਂ ਨੂੰ, ਫਿਰ ਹੁਣ ਜਿਹੜੇ 2.5 ਕਰੋੜ ਹੈ ਉਹਦੇ 'ਚ ਫਿਰ ਅਤਪਾਤ ਆ ਜਾਂਦੀ ਹੈ, ਫਿਰ ਇਹਦੇ 'ਚ ਅਲੱਗ ਅਲੱਗ ਖਿੱਤੇ ਬਣ ਗਏ, ਕੋਈ ਆਸਤਿਕ ਹੈ ਕੋਈ ਨਾਸਤਿਕ ਹੈ। ਤੋ ਕੱਟ ਕੱਟਾ ਕੇ ਕਬੀਲਿਆਂ 'ਚ ਰਹਿੰਦੇ ਅਸੀਂ, ਅਜੇ ਵੀ ਮੈਨੂੰ ਲੱਗਦਾ ਮੋਡਰੇਟ ਕਬੀਲੇ ਹੋ ਗਏ। ਸੋ ਮੈਨੂੰ ਲੱਗਦਾ ਜਦ ਤੱਕ ਅਗਲੀ ਜਨਰੇਸ਼ਨ ਜਿਹੜੀ ਹੁਣ ਨੈਕਸਟ ਹੈ ਜਿਹੜੀ, ਉਹ ਡਿਫਰੈਂਟ ਹੈ ਥੋੜ੍ਹੀ ਜਿਹੀ, ਉਹ ਇਹਨਾਂ ਚੀਜ਼ਾਂ ਤੋਂ ਮੁਕਤ ਹੋਊਗੀ, ਫਿਰ ਇੱਕ ਸੱਚਾ ਮੈਨੂੰ ਲੱਗਦਾ ਜਿਹਦਾ ਸਮਾਜ ਬਣ ਜੂ। ਹੈਲੋ ਸਰ, ਮੇਰਾ ਸਵਾਲ ਹੈ, ਜਿਹੜਾ ਬਹੁਮਨ ਸਟੋਰ ਹੈ, ਇਸ 'ਚ ਬੱਚਿਆਂ ਲਈ ਜਾਂ ਲੇਡੀਜ਼ ਲਈ ਵੀ ਕੁਛ ਹੋਏਗਾ ਸਰ? ਇਨਸ਼ਾਅੱਲਾ ਜੀ,